ਸਤਿ ਸ਼੍ਰੀ ਅਕਾਲ ਜੀ, ਮੈਂ ਅਜੀਤ ਸਿੰਘ ਰੂਬਰੂ ਹੋਇਆ ਤੁਹਾਡੇ। ਅੱਜ ਕੁਛ ਹੋਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਅਤੇ ਇੱਕ ਸਾਡੇ ਸਟੂਡੈਂਟ ਜਿਹੜੇ ਹੈਗੇ ਆ ਸੁਰਜੀਤ ਕੌਰ ਜੀ, ਇਹਨਾਂ ਨੇ ਸਾਡੇ ਕੋਲ ਆ ਕੇ ਟਰਾਲਾ ਵੀ ਸਿੱਖਿਆ, ਫੋਕਰੈਫਟ ਵੀ ਸਿੱਖੀ ਆ, ਅਤੇ ਮੈਂ ਚਾਹੁੰਦਾ ਸੀ ਕਿ ਇਹਨਾਂ ਦੀ ਤੁਹਾਡੇ ਨਾਲ ਕੁਛ ਗੱਲਬਾਤ ਜਾਣ ਪਛਾਣ ਕਰਵਾਵਾਂ, ਤਾਂ ਕਿ ਜਿਹੜੇ ਹੋਰ ਸਟੂਡੈਂਟ ਵੀ ਆ ਉਹਨਾਂ ਨੂੰ ਵੀ ਕੋਈ ਚੰਗੀ ਸੇਧ ਮਿਲ ਸਕੇ। ਸਾਡਾ ਜੀ ਸੀ ਵੀ ਟ੍ਰੇਨਿੰਗ ਸਕੂਲ TSS ਹੈਵੀ ਡਰਾਈਵਿੰਗ ਟ੍ਰੇਨਿੰਗ ਸਕੂਲ, ਜੋ ਕਿ ਪਿਛਲੇ 15 ਸਾਲ ਤੋਂ ਤੁਹਾਡੇ ਸਾਰਿਆਂ ਦੀ ਸੇਵਾ ਦੇ ਵਿੱਚ ਹੈ, ਅਤੇ ਇਹਦੇ ਰਾਹੀਂ ਅਸੀਂ ਟ੍ਰੇਨਿੰਗ ਦੇ ਕੇ ਵੱਖਰੇ ਵੱਖਰੇ ਸਟੂਡੈਂਟ ਜਿਹੜੇ ਆ ਵੱਖਰੀਆਂ ਵੱਖਰੀਆਂ ਕੰਟਰੀਆਂ ਦੇ ਵਿੱਚ ਜਾ ਕੇ ਆਪਣਾ ਰੋਜ਼ਗਾਰ ਪ੍ਰਾਪਤ ਕਰ ਰਹੇ। ਅਤੇ ਸੁਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਕਿੱਦਾਂ? ਠੀਕ ਠਾਕ ਹੋ? ਠੀਕ ਠਾਕ। ਅੱਛਾ ਸੁਰਜੀਤ ਕੌਰ ਜੀ, ਅੱਜ ਮੈਂ ਤੁਹਾਡੇ ਨਾਲ ਕੁਛ ਗੱਲਾਂ ਕਰਨੀਆਂ ਚਾਹੁੰਦਾ ਕਿ ਜਿੱਦਾਂ ਤੁਸੀਂ ਟਰਾਲਾ ਵੀ ਸਿੱਖਿਆ, ਫੋਕਲੈਫਟ ਵੀ ਸਿੱਖੀ ਆ, ਤੇ ਥੋੜਾ ਉੱਚੀ ਬੋਲਦੇ ਹੋ ਕਿਉਂਕਿ ਫਿਰ ਸਾਡੇ ਜਿਹੜੇ ਕੈਮਰੇ ਵਿੱਚ ਨਾ ਆਵਾਜ਼ ਫਿਰ ਠੀਕ ਆ ਜਾਂਦੀ ਹੈ। ਹਾਂਜੀ, ਤੁਸੀਂ ਟਰਾਲਾ ਵੀ ਸਿੱਖਿਆ, ਫੋਕਲੈਫਟ ਵੀ ਸਿੱਖੀ, ਅਸੀਂ ਦੇਖਿਆ ਤੁਹਾਨੂੰ ਚਲਾਉਂਦੇ ਹਾਂ। ਹਾਂਜੀ, ਪਹਿਲਾਂ ਦੱਸੋ ਕਿੱਦਾਂ ਲੱਗਾ ਤੁਹਾਨੂੰ ਸਟਾਫ ਦਾ ਜਾਂ ਹੋਰ ਕਿੱਦਾਂ, ਕੀ ਤੁਹਾਡਾ ਐਕਸਪੀਰੀਅੰਸ ਰਿਹਾ? ਵਧੀਆ ਰਿਹਾ, ਵਧੀਆ, ਸਾਰਾ ਕੁਛ ਹੀ। ਅੱਛਾ, ਵਧੀਆ, ਸਟਾਫ ਮੈਂਬਰ ਵੀ ਵਧੀਆ ਰਹੇ, ਭੈਣ ਭਰਾ ਵਾਂਗੂ ਵਧੀਆ ਰਹੇ। ਅੱਛਾ। ਹਾਂਜੀ, ਤੇ ਸਾਨੂੰ ਸਿਖਾਉਣ ਦੇ ਵਿੱਚ ਕੋਈ ਦਿੱਕਤ, ਕੋਈ ਪਰੇਸ਼ਾਨੀ ਆਈ ਹੋਵੇ ਜਾਂ ਸਿੱਖਣ ਵਿੱਚ ਕੋਈ ਪਰੇਸ਼ਾਨੀ ਹੋਵੇ? ਨਹੀਂ, ਕੋਈ ਪਰੇਸ਼ਾਨੀ ਨਹੀਂ। ਕੋਈ ਪਰੇਸ਼ਾਨੀ ਨਹੀਂ, ਵਧੀਆ ਤਰੀਕੇ ਨਾਲ ਹੁਣ ਟਰਾਲਾ ਚਲਾ ਲੈਂਦੇ ਹੋ? ਹਾਂਜੀ। ਅੱਛਾ ਜੀ, ਮੈਨੂੰ ਇੱਕ ਗੱਲ ਦੱਸਿਓ ਕਿ ਇਹਦਾ ਜਿੱਦਾਂ ਮੈਨੂੰ ਲੱਗਾ ਪਤਾ ਕਿ ਤੁਸੀਂ ਵਿਦੇਸ਼ ਤੋਂ ਆਏ ਹੋਏ ਹੋ। ਨਹੀਂ, ਜਾਣਾ ਤੁਸੀਂ ਵਿਦੇਸ਼ ਵਿੱਚ, ਉੱਥੇ ਤੁਹਾਨੂੰ ਕਿਹਨੇ ਗਾਈਡ ਕੀਤਾ ਕਿ ਤੁਸੀਂ ਆਹ ਚੀਜ਼ ਸਿੱਖੋ ਤੇ ਕਿਉਂ ਸਿੱਖਣ ਦੇ ਲਈ ਗਿਆ ਉਹਨਾਂ ਨੇ? ਸਾਡੀ ਦੋਤੀ ਸੀਗੀ। ਅੱਛਾ ਜੀ, ਸਾਡਾ ਮੇਰਾ ਬੇਟਾ ਹੀ ਲੱਗਦਾ, ਭਤੀਜਾ ਸਾਡਾ। ਅੱਛਾ, ਉਹਨਾਂ ਨੇ ਵੀ ਕਿਹਾ ਤੁਸੀਂ ਸਿੱਖੋ, ਇਹਨਾਂ ਨੇ ਤਾਂ ਵਧੀਆ ਜੋਬ ਮਿਲ ਜਾਂਦੀ ਹੈ। ਜੋਬ ਮਿਲ ਜਾਂਦੀ। ਕਿਹੜੀ ਕੰਟਰੀ ਵਿੱਚ ਜ਼ਿਆਦਾ ਹੈ ਤੁਸੀਂ? ਕੈਨੇਡਾ। ਕੈਨੇਡਾ ਜਾ ਰਹੇ ਹੋ, ਹੈ ਨਾ? ਤੇ ਥੋੜਾ ਜਿਹਾ ਉੱਚੀ ਬੋਲੂਗਾ, ਕੈਨੇਡਾ ਵਿੱਚ ਜਾ ਰਹੇ ਹੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਜਿਹੜੇ ਆਉਣ ਵਾਲੇ ਸਾਡੇ ਕੋਲ ਸਪੈਸ਼ਲੀ ਫੀਮੇਲ ਕੈਂਡੀਡੇਟਸ ਆ, ਲੜਕੀਆਂ ਆ, ਲੜਕੇ ਵੀ ਆ, ਮੇਲ ਵੀ ਹੈਗੇ ਆ, ਸਟੱਡੀ ਬੇਸ ਤੇ ਕੈਨੇਡਾ ਜਾਂਦੇ ਆ, ਫੋਕਲੈਫਟ ਵੀ ਸਿੱਖਦੇ ਆ, ਉਹਨਾਂ ਨੂੰ ਕੁਛ ਕਹਿਣਾ ਚਾਹੋਗੇ ਤੁਸੀਂ ਕੈਮਰੇ ਦੇ ਮਾਧਿਅਮ ਦੇ ਰਾਹੀਂ? ਹਾਂਜੀ, ਉਹਨਾਂ ਨੂੰ ਸਿੱਖ ਕੇ ਜਾਣਾ ਚਾਹੀਦਾ, ਵਧੀਆ ਵਧੀਆ ਸੈਲਰੀ ਮਿਲ ਜਾਂਦੀ ਆ, ਵਧੀਆ ਜੋਬ ਮਿਲ ਜਾਂਦੀ ਆ, ਤੇ ਵਧੀਆ ਹੁੰਦਾ, ਜਿੱਦਾਂ ਫਿਰ ਆਪਦਾ ਸਹੀ ਹੋ ਜਾਂਦਾ ਸਾਰਾ, ਹਨਾ? ਤੇ ਕੋਈ ਉਹਨਾਂ ਨੂੰ ਲੇਬਰ ਕਰਨ ਤੋਂ ਬਚ ਜਾਂਦੇ ਜੀ? ਹਾਂਜੀ, ਲੇਬਰ ਤੋਂ ਬਚ। ਮੇਨ ਚੀਜ਼ ਇਹ ਹੈ। ਹਾਂਜੀ, ਉਹਦਾ ਜਿੱਦਾਂ ਸੈਲਰੀ ਵੀ ਘੱਟ ਹੈ। ਸੈਲਰੀ ਵੀ ਘੱਟ, ਲੇਬਰ ਦੇ ਵਿੱਚ ਸੈਲਰੀ ਵੀ ਘੱਟ ਹੈ, ਸਰੀਰ ਨੂੰ ਪਰੇਸ਼ਾਨੀ ਹੈ, ਇੱਕ ਬੰਦੇ ਨੂੰ ਸਕਿੱਲ ਵੀ ਇਸਤੇ ਚਲੇ ਜਾਣਾ। ਹਾਂਜੀ, ਤੇ ਮੈਂ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਪੰਜਾਬੀ 'ਚ ਵੀ ਆ, ਚਾਹੇ ਮੇਲ ਆ ਚਾਹੇ ਫੀਮੇਲਸ ਆ, ਤੁਸੀਂ ਦੇਖਿਆ ਅਸੀਂ ਇਸ ਵੀਡੀਓ ਦੇ ਰਾਹੀਂ ਸਾਰਾ ਕੁਛ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਸਾਡੇ ਕੋਲ ਫੀਮੇਲ ਕੈਂਡੀਡੇਟਸ, ਫੀਮੇਲ ਸਟੂਡੈਂਟਸ ਜਿਹੜੇ ਹੈਗੇ ਆ ਸਾਡੇ ਕੋਲ ਟ੍ਰੇਲਰ, JCB, ਮੋਬਾਈਲ ਕਰੇਨ, ਫੋਰਕਲਿਫਟ ਸਿੱਖ ਕੇ ਵਿਦੇਸ਼ ਵਿੱਚ ਜਾ ਰਹੇ ਆ। ਤੇ ਮੈਂ ਤੁਹਾਨੂੰ ਸਾਰੀ ਭਾਈਓ ਕੋ, ਬਹਿਨੋ ਕੋ, ਸਭੀ ਕੋ ਮੈਂ ਆਮੰਤ੍ਰਿਤ ਕਰਤਾ ਹੂੰ, ਆਪ ਕਹੀਂ ਸੇ ਵੀ ਆ ਕਰਕੇ ਆਪ ਟ੍ਰੇਲਰ ਔਰ JCB ਫੋਕਲਿਫਟ, ਆਪਕੋ ਪਤਾ ਹੋਊਗਾ ਕੈਨੇਡਾ ਮੇਂ ਔਰ ਟ੍ਰੇਲਰ ਔਰ ਫੋਕਲਿਫਟ, ਇਨਕਾ ਕੈਨੇਡਾ ਮੇਂ ਜ਼ਿਆਦਾ ਸਕੋਪ ਹੈ। ਤੋ ਜੋ ਵੀ ਸਟੱਡੀ ਬੇਸ ਕੇ ਉੱਪਰ ਜਾ ਰਹੇ ਹੈ ਲੜਕੇ ਔਰ ਲੜਕੀਆਂ, ਤੋ ਜੇ ਬੇਫਿਕਰ ਹੋ ਕਰਕੇ ਹਮਾਰੇ ਪਾਸ ਆਈਏ, ਅੱਛੇ ਤਰੀਕੇ ਸੇ ਹਮ ਆਪਕੋ ਸਿਖਾਏਂਗੇ, ਠੀਕ ਹੈ ਜੀ। ਹਾਂ, ਇਤਨਾ ਜ਼ਰੂਰ ਹੈ ਕਿ ਇਹ ਵੀ ਇਸੀ ਵੀਡੀਓ ਮੇਂ ਹਮਾਰਾ ਜਿਸ ਚੈਨਲ ਕੋ ਲਾਈਕ ਕਰ ਲੋ, ਸਬਸਕ੍ਰਾਈਬ ਕਰ ਲੋ ਇਸ ਚੈਨਲ ਕੋ, ਔਰ ਲਾਈਕ ਕਰੋ, ਸ਼ੇਅਰ ਕਰੋ ਇਸ ਵੀਡੀਓ ਕੋ ਜਿਤਨਾ ਹੋ ਸਕੇ, ਤਾਂ ਕਿ ਕਿਸੀ ਔਰ ਕੀ ਵੀ ਮਦਦ ਹੋ ਸਕੇ। ਬਾਕੀ ਹਮਾਰੇ ਕੰਟੈਕਟ ਨੰਬਰ ਸਕਰੀਨ ਕੇ ਉੱਪਰ ਆ ਰਹੇ ਹੈ, ਡਿਸਕ੍ਰਿਪਸ਼ਨ ਮੇਂ ਵੀ ਹਮਾਰੇ ਲਿੰਕ ਸਭੀ ਅਵੇਲੇਬਲ ਹੈ, ਆਪ ਕਭੀ ਵੀ ਕੰਟੈਕਟ ਕਰਕੇ ਆਪ ਜਲੰਧਰ ਰੇਲਵੇ ਸਟੇਸ਼ਨ ਕੇ ਉੱਪਰ ਉਤਰ ਜਾਓ, ਆਗੇ ਸੇ ਹਮਾਰਾ ਬੰਦਾ। ਹਾਂਜੀ ਸੁਰਜੀਤ ਕੌਰ ਜੀ, ਆਪ ਕੁਛ ਔਰ ਬੋਲਣਾ ਚਾਹਤੇ ਹੋ, ਕੁਛ ਹੋਰ ਕਹਿਣਾ ਚਾਹੁੰਦੇ ਆ ਤਾਂ ਦੱਸੋ ਕੁਛ ਹੋਰ। ਕੁਛ ਨਹੀਂ, ਵਧੀਆ ਜੀ, ਜੇ ਸਿੱਖ ਕੇ ਜਾਣਾ ਚਾਹੀਦਾ ਆ, ਲੜਕੀਆਂ ਵੀ ਲੜਕੇ ਵੀ ਜੋ ਵੀ ਆ ਵਿਦੇਸ਼ ਵਿੱਚ ਜਾਂਦੇ ਆ, ਵਧੀਆ ਸੈਲਰੀ ਮਿਲਦੀ ਆ, ਉੱਥੇ ਵਧੀਆ ਸਾਰਾ ਕੰਮ ਕਰਦੇ ਆ, ਕਰ ਲੈਣਾ ਚਾਹੀਦਾ, ਸਿੱਖ ਲੈਣਾ ਚਾਹੀਦਾ, ਕੋਈ ਐਸੀ ਪਰੇਸ਼ਾਨੀ ਨਹੀਂ, ਲੜਕੀਆਂ ਨੂੰ ਵੀ ਕੋਈ ਪਰੇਸ਼ਾਨੀ। ਧੰਨਵਾਦ, ਬਹੁਤ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ, ਤੇ ਸਾਡੇ ਜਿਹੜੇ ਸਟੂਡੈਂਟਸ ਹੈਗੇ ਆ ਜਾਂ ਜਿਹੜੇ ਸਿੱਖਣ ਵਾਲੇ ਵਿਊਅਰਸ ਹੈਗੇ ਆ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਊਗੀ ਤੁਹਾਡੇ ਨਾਲ ਗੱਲ ਕਰਕੇ। ਅੱਛਾ ਜੀ, ਸਤਿ ਸ਼੍ਰੀ ਅਕਾਲ, ਨਮਸਤੇ ਜੀ। ਨਮਸਤੇ।